ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਨੇ ਤੁਹਾਡਾ? ਮੇਰੇ ਬਾਰੇ ਆਦਾ ਮੈਂ ਤੁਸੀਂ ਇੱਥੋਂ ਸੋਹਣਾ ਪੰਜਾਬ ਟੀਵੀ ਤੁਹਾਡਾ ਸੱਚੇ ਮੁੱਲ ਤੋਂ ਫਲਿਆ ਕਰਦਾ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਬੈਲ ਆਈਕਨ ਬਟਨ ਦਬਾਓ, ਹਰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਸਾਨੀ ਪਹੁੰਚ ਰਵੇ। ਸੱਜਣਾ ਤੇ ਵੀਰਾਂ ਭਰਾਵਾਂ ਨੂੰ ਅੱਲਾਹ ਦੀ ਮਿਹਰਬਾਨੀ ਨਾਲ, ਬਾਕੀ ਆਪਣੇ ਚੈਨਲ ਨੂੰ ਸ਼ੇਅਰ ਵੀ ਕਰਨਾ ਤੇ ਲਾਈਕ ਵੀ ਕਰਨਾ ਤੇ ਲਾਈਕ ਕਰਿਆ ਸ਼ੇਅਰ ਕਰਿਆ, ਬਾਕੀ ਫਰਕ ਨਹੀਂ ਪੈਂਦਾ। ਬਾਕੀ ਸ਼ੇਅਰ ਤੇ ਲਾਈਕ ਕਰਿਆ, ਬਾਕੀ ਸਾਡੀ ਵੀ ਹੌਸਲਾ ਅਫਜ਼ਾਈ ਹੋ ਜਾਂਦੀ ਹੈ। ਬਾਕੀ ਵੀਰ ਭਰਾ ਜਿਹੜੇ ਚੰਗੀ ਮੱਝ ਖਰੀਦਣਾ ਚਾਹੁੰਦੇ ਨੇ, ਬਾਕੀ ਉਹ ਵੀ ਵੀਰ ਭਰਾ ਮੱਝ ਲੈ ਲੈਂਦੇ ਨੇ, ਬਾਕੀ ਉਹਨਾਂ ਕੋਲ ਨੋਟੀਫਿਕੇਸ਼ਨ ਜਿਹੜਾ ਬਿਲਕੁਲ ਆਸਾਨੀ ਪਹੁੰਚ ਜਾਂਦਾ। ਜਿਹੜੀ ਵੀਡੀਓ ਹਰ ਆਉਣ ਵਾਲੀ ਵੀਡੀਓ ਜਿਹੜੀ ਹੁੰਦੀ ਹੈ ਉਹਨਾਂ ਕੋਲ ਨੋਟੀਫਿਕੇਸ਼ਨ ਬਿਲਕੁਲ ਆਰਾਮ ਨਾਲ ਪਹੁੰਚ ਜਾਂਦਾ। ਚੈਨਲ ਆਪਣਾ ਬਣਾਈ ਪੈਂਦਾ ਸੋਹਣਾ ਪੰਜਾਬ ਟੀਵੀ, ਬਾਕੀ ਲੈਣਾ ਦੇਣਾ ਮੁਕੱਦਰ ਹੁੰਦਾ ਸੋਹਣਾ ਪੰਜਾਬ ਟੀਵੀ ਤੇ। ਅੱਛੇ ਤੇ ਪਿਓਰ ਨੀਲੀ ਦੀ ਆਵਾਜ਼ ਆਉਂਦੇ ਨੇ, ਆਹ ਮਾਸ਼ਾਅੱਲਾ ਮੇਰੇ ਸੱਜੇ ਪਾਸੇ ਪਿਓਰ ਨੀਲੀ ਦੀ ਮੱਝ ਆਈ ਹੈ, ਦੋ ਦੋ ਫੁੱਟ ਵਾਨਾ ਪੂਰਾ ਕੱਢਿਆ ਮੱਝ ਨੇ। ਗਿੱਠ ਗਿੱਠ ਵਿਰਲਾਂ ਨੇ, ਜਿਵੇਂ ਪੀਵੀ ਦੇ ਪੀੜੀ ਦੇ ਪਾਵੇ ਹੁੰਦੇ ਨੇ, ਚਾਸ਼ ਫੇਰੇ ਚਾਸ਼ ਫੇਰ ਵਿਰਲਾਂ ਨਾ ਆਵੇ, ਮੱਝ ਬੰਦਾ ਨਾ ਜਾਵੇ ਵੀਰ ਭਰਾ। ਬਾਕੀ ਪੰਚ ਹੋਵੇਗਾ ਅੱਲਾਹ ਦੀ ਮਿਹਰਬਾਨੀ ਨਾਲ, ਪਤਾ ਲੱਗੇਗਾ ਮੱਝ ਫਲਾਣਾ ਬੰਦਾ ਚੋਂਦਾ ਪਿਆ। ਗਿੱਠ ਗਿੱਠ ਵਿਰਲੇ ਪੂਰੀ ਚਾਸ਼ ਫੇਰੇ, ਮਾਸ਼ਾਅੱਲਾ ਬਰੀਕ ਮੱਝ ਜਿਵੇਂ ਟਿਸ਼ੂ ਪੇਪਰ ਹੁੰਦਾ ਉਹਨਾਂ ਵਾਨਾ ਅੱਗੇ ਉਹਨਾਂ ਪਿੱਛੇ, ਆਰਡਰ ਕੁਆਲਿਟੀ ਜਿਹੜੀ ਹੈ ਮਾਸ਼ਾਅੱਲਾ। ਬਾਕੀ ਇਹ ਲਾਲ ਬਣਾਈ ਮਾਸ਼ਾਅੱਲਾ, ਇਹਨੂੰ ਆਉਂਦੇ ਥੱਬਿਆਂ ਦੇ ਵਾਨੇ, ਪੂਰੀ ਲਾਈ ਕਰੀ ਮੱਝ ਉਹਨਾਂ ਹੀ ਵਾਨਾ ਅੱਗੇ ਉਹਨਾਂ ਹੀ ਪਿੱਛੇ, ਬਾਕੀ ਮੱਝ ਲਾਜਵਾਬ ਹੈ ਮਾਸ਼ਾਅੱਲਾ। ਅਤੇ ਥੱਬਿਆਂ ਦੇ ਵਾਨੇ ਪੰਡਾ ਲਾਈ ਕਰੀ ਵੱਖੀ ਨਿੱਕੀ ਬਰੀਕ ਮੱਝ ਜਿਵੇਂ ਟਿਸ਼ੂ ਪੇਪਰ ਹੁੰਦਾ। ਬਾਕੀ ਭਾਈ ਤੋਂ ਗੱਲਾਂ ਪੁੱਛਾਂਗੇ ਸਾਰੀਆਂ, ਇਹ ਸੂਈ ਹੈ ਜਾਂ ਸੂਣ ਵਾਲੀ, ਜੋ ਵੀ ਮਾਮਲਾਤ ਨੇ। ਪੱਕੀ ਗੱਲ ਵੇਖਦਾ ਤੀਜੇ ਸੂਏ ਨੀ ਹੈਗੀ ਵੇਖਦਾ ਬਾਈ, ਕਈ ਵੀਹ ਭਰਾ ਕਹਿੰਦੇ ਨੇ ਵੀ ਤੀਜੇ ਸੂਏ ਮੱਝ ਜਿਹੜੀ ਮਾਸ਼ਾਅੱਲਾ ਕੋਈ ਉੱਚੀ ਨੀਵੀ ਨੀ, ਬਰਾਬਰ ਮੱਝ ਖੜੀ ਹੈ। ਬਾਕੀ ਇਹ ਭਾਈ ਜੀ ਮੱਝ ਜਿਹੜੀ ਆਪਣੀ ਜਨਮ ਦੂਜੇ ਸੂਏ ਤੇ ਪਹਿਲੇ ਸੂਏ ਕਿੰਨਾ ਦੁੱਧ ਚੋਂਦੇ ਨੇ? ਪਹਿਲੇ ਸੂਏ 17-18 ਕੱਟਣ ਚਗਾ ਕੇ ਰੂਟੀਨ ਨਾਲ 17-18 ਲੀਟਰ ਚੋਂਦਾ। ਹਾਂਜੀ ਕੱਟਣ ਦੇ ਨਾਲ ਕੱਟੀ ਨਾਲ, ਅੱਛਾ ਹਾਂਜੀ 17-18 ਲੀਟਰ ਚੋਂਦਾ ਨੇ ਚੋਂਦੇ ਨੇ। ਇਨਸ਼ਾਅੱਲਾ ਮੱਝ 20 ਕਿਲੋ ਨੂੰ ਕ੍ਰਾਸ ਕਰੇਗੀ ਅੱਲਾਹ ਦੇ ਹੁਕਮ ਨਾਲ। 20 ਲੀਟਰ ਕ੍ਰਾਸ ਕਰੇਗੀ? ਕ੍ਰਾਸ ਕਰੇਗੀ ਅੱਲਾਹ ਦੇ ਹੁਕਮ ਨਾਲ। ਆਪ ਚੋਂਦਾ ਹੈ ਕਿ ਤੇਰਾ ਵਾਲਾ? ਆਪ ਚੋਂਦਾ ਜੀ, ਮੈਂ ਆਪ ਚੋਂਦਾ ਰਿਹਾ। ਅੱਛਾ ਪੰਚੋ ਤੂੰ ਬਾਰਾ? ਹਾਂਜੀ ਮੈਂ ਹੀ ਚੋਂਦਾ ਜੀ। ਅੱਛਾ ਜੀ, ਤੇ ਮੱਝ ਜਿਹੜੀ ਮੇਰਾ ਵੀਰ ਮਾਸ਼ਾਅੱਲਾ ਨਸਲ ਆਪਣੀ ਘਰ ਦੀ ਹੈ, ਦੁੱਧ ਵਾਲੀ ਨਸਲ ਆਪਾਂ ਨੂੰ ਪਤਾ ਇਹਨਾਂ ਦਾ। ਅੱਛਾ ਜੀ ਹਾਂਜੀ, ਇਹ ਮੱਝ ਜਿਹੜੀ ਆਪਣੀ, ਮੈਨੂੰ ਇਸ ਤੋਂ ਥੋੜਾ ਖਤਰਾ ਪੈਂਦਾ, ਬਾਕੀ ਮੈਂ ਤੇਰੀ ਸਾਰੀ ਚੰਗੀ, ਮੈਂ ਤੀਜਨ ਤਾਂ ਨਹੀਂ ਉਹ ਭਾਈਆਂ ਦੂਜਿਆਂ ਦਾ ਤੀਜਾ ਨਹੀਂ। ਅੱਛਾ ਦੂਜਿਆਂ ਦੀ ਪੱਕੀ ਗਰੰਟੀ ਦੂਜਿਆਂ? ਇਹ ਥੋੜੀਆਂ ਮੱਝਾਂ ਦਾ ਝੋਟੀਆਂ ਚੜ ਕੇ ਲੱਗ ਜਾਣਾ, ਪਹਿਲਾਂ ਚੋ ਕੱਟੀ ਆ। ਅੱਛਾ ਹੁਣ ਚੜ ਕੇ ਲੱਗਣੀ, ਪਹਿਲੇ ਸੁਣੀ ਫਿਰ ਦੂਜੇ ਸੁਣੀ ਫਿਰ ਅਗਲੇ ਨੇ ਕਹਿਣਾ ਵਾ। ਅੱਛਾ ਜੀ, ਪਹਿਲੇ ਸੂਏ ਕਿੰਨਾ ਚੋਂਦਾ? ਪਹਿਲੇ ਸੂਏ 17-18 ਕਿਲੋ ਕੱਟਣ ਚੰਗਾ ਕੱਟੀ। ਅੱਛਾ, ਪਹਿਲੇ ਸੂ ਦਾ ਰਿਕਾਰਡ
ਸੱਜਣੋ ਤੇ ਵੀਰੋ ਭਰਾਵੋ ਮਾਸ਼ਾਅੱਲਾ ਮਾਈ ਦਾ ਚੱਡਾ ਵੇਖੋ ਥਣ ਵੇਖੋ ਕਿੰਨਾ ਐਤਕੀ ਇਨਸ਼ਾਅੱਲਾ 20 ਕਿਲੋ ਕ੍ਰਾਸ ਕਰੇਗੀ ਅੱਛਾ ਹਾਂਜੀ 20 ਲੀਟਰ ਕ੍ਰਾਸ ਕਰੇ ਵੀਰੋ ਅੱਲਾ ਦਾ 18 17 ਲੀਟਰ ਜਾਂ ਦੁੱਧ ਹੈ ਨਾ 16 17 ਲੀਟਰ ਉਹ ਬੜਾ ਦੁੱਧ ਹੁੰਦਾ ਜੋ ਕੰਡੇ ਦੇ ਦੁੱਧ ਕੇ ਕੀ ਆਂਦਾ ਮੱਝਾਂ ਜਿਹੜੀਆਂ ਚੰਗੀਆਂ ਮੱਝਾਂ ਦੁੱਧ ਐਵੇਂ ਬਾਲਟਾ ਭਰ ਕੇ ਬਰਾ ਮਾਰਦੇ ਬਾਲਟਾ ਨਹੀਂ ਰਹਿ ਨਹੀਂ ਹੁੰਦਾ ਝੱਗ ਤਾਂ ਨਹੀਂ ਜਦੋਂ ਉਹਨੇ ਝੱਗ ਕੀ ਆਂਦੀ ਜਦੋਂ ਕੰਡੇ ਤੇ ਤੋਲੀਏ ਨਾ ਉਹ ਭਾਈ ਜਾਨ ਮੈਂ ਤੋਂ ਮੱਝਾਂ ਦੁੱਧ ਵਾਲੀਆਂ ਖੜੀਆਂ ਜੇ ਕਹਿਣ ਲੈਣੀਆਂ ਆਂਦੋ ਅੱਛਾ ਇਹ ਦੁੱਧ ਦੇਵੇਗੀ ਦੁੱਧ ਦੇਵੇ ਗੱਲਾਂ ਦੇ ਪੱਕੀ ਗੱਲ ਪੱਕੀ ਗੱਲ ਤੂੰ ਸੱਜਣ ਭਰਾ ਬਿਆਨਾ ਕਰਾ ਦੇਵੇ ਕੋਈ ਮੈਂ ਗੱਬਣ ਜਾਣੀ ਹੈ ਹਾਂਜੀ ਤੇ ਕੋਈ ਟੈਨਸ਼ਨ ਨਹੀਂ ਥਾਂ ਕਿੱਡੀ ਗਰੰਟੀ ਕੋਈ ਰੋਲਾ ਨਹੀਂ ਤੇ ਮੱਝ ਜਿਹੜੀ ਮੇਰਾ ਵੀਰ ਹਾਂਜੀ ਇਹ ਘਾਟਾ ਕੋਈ ਛੱਤਾ ਫੁਹਾਰਾ ਬਿਲਕੁਲ ਗਰੰਟੀ ਖਾਂ ਸਾਹ ਲੈਂਦਾ ਹੋਵੇ ਛੱਤਾ ਹੋਵੇ ਫੁਹਾਰਾ ਹੋਵੇ ਗੰਢ ਬਰੋੜੀ ਹੋਵੇ ਇੰਨੀ ਪੋਲੀ ਨਿਕਲੇਗੀ ਕਿੰਨੇ ਦੇ ਚਾਰ ਤੋਂ ਪੰਜ ਦਿਨ ਲੈਣੇ ਚਾਰ ਤੋਂ ਪੰਜ ਦਿਨ ਠੀਕ ਹੋਗਾ ਜੀ ਤੇ ਬਿਰਲਾ ਵਾਕਈ ਗਿੱਠ ਗਿੱਠ ਨੇ ਮਾਰ ਲਵੋ ਗਿੱਠ ਤੇ ਅੱਡੀ ਕਿਹੜੀ ਗਿੱਠ ਨਹੀਂ ਹੈਗੀ ਮਾਰ ਕੇ ਠੀਕ ਹੋਗਾ ਜੀ ਛੱਡ ਬੋਲਣ ਕੇ ਰਹਿੰਦਾ ਥੋੜਾ ਪੱਕਾ ਪੀਟਾ ਗਾ ਜੀ ਤਾਂ ਮੈਂ ਗਾ ਵੀ ਕਿੰਨਾ ਬਰੀਕ ਮਾਸ਼ਾਅੱਲਾ ਅਜੋ ਟਿਸ਼ੂ ਪੇਪਰ ਹੁੰਦਾ ਵੇਖੋ ਐ ਨੀ ਜਿਹੜੇ ਬਰੀਕ ਮਾਜ ਨਾ ਹੋਵੇ ਤੇ ਵੀਰ ਭਰਾ ਕੋਈ ਵੀ ਨਾ ਜਾਵੇ ਤਾਂ ਇਹ ਹੱਡੀ ਵੀ ਇੱਕ ਸਾਰੀ ਲਾਜਵਾਬ ਫੋਸੀ ਕਰਦੀ ਪਰ ਚੱਡੇ ਸੜਦੀ ਫਿਰ ਥੱਲੇ ਡਿੱਗਦੀ ਏ ਮਾਸ਼ਾਅੱਲਾ ਥੱਬਿਆ ਲਵਾਨਾ ਤੇ ਪੰਡਾ ਮਾਸ਼ਾਅੱਲਾ ਖੜੀ ਆ ਬਟਨ ਲੱਗੇ ਖੜੇ ਮਾਜ ਮਾਸ਼ਾਅੱਲਾ ਬਾਕੀ ਥਾਣ ਜਿਹੜਾ ਪਾਵਰਾ ਥਾਣ ਤੇ ਮੋਟਾ ਥਾਣ ਹੈ ਥੋੜਾ ਜਿਹਾ ਪੱਕਾ ਗੱਲ ਕਰਦਾ ਪੱਕੀ ਕਰਦੇ 6 ਲੱਖ ਦੀ ਫਾਈਨਲ ਮੈਂ ਦੇ ਦਾਂ 6 ਲੱਖ ਦੀ ਹਾਂਜੀ ਵਾਹ 50 ਦਾ ਇਕੱਠਾ ਹੀ ਥੱਲੇ ਡਿੱਗ ਪਿਆ ਮੈਂ ਇੱਕ ਵਾਰੀ ਗੱਲ ਕਰਦੀ ਠੀਕ ਹੋ ਗਿਆ 6 ਲੱਖ ਰੁਪਿਆ ਮਾਈ ਡਿਮਾਂਡ ਹੈ ਜੀ ਵਿੱਚ ਪਿਆਰ ਮੁਹੱਬਤ ਇਨਸ਼ਾਅੱਲਾ ਬਿਲਕੁਲ ਹੋਵੇਗਾ ਨੰਬਰ ਆਪਣਾ 0 3 5 9 1600 ਪੂਰਾ ਮੈਂ ਮਾਸ਼ਾਅੱਲਾ ਪਹਿਲਾਂ ਤੁਰਦੀ ਜਾਂ ਮੈਂ ਮੋਰਨੀ ਪਹਿਲਾਂ ਪਾਉਂਦੀ ਆ ਕੋਈ ਸ਼ੱਕ ਨਹੀਂ ਦੇ ਵਿੱਚ ਹੈ ਕੋਈ ਸ਼ੱਕ ਨਹੀਂ ਹਾਂਜੀ ਅਜੇ ਤੈਨੂੰ 4-5 ਮਾਸ਼ਾਅੱਲਾ ਕਰ ਇਨਸ਼ਾਅੱਲਾ ਮੈਂ ਜੇ ਢਿੱਲਾ ਹੀ ਬਣੀ ਆ ਹਲੇ ਤਾਂ ਚੱਡਾ ਮੈਂ ਪਾਣੀ ਪੀਣ ਨਹੀਂ ਜਾਂਦੀ ਅੱਛਾ ਅੰਦਰ ਚੱਲ ਮਾਸ਼ਾਅੱਲਾ ਬਰੀਕ ਮੱਝ ਆਈ ਜਿਵੇਂ ਟਿਸ਼ੂ ਪੇਪਰ ਹੁੰਦਾ ਗਿੱਠ ਗਿੜ ਵਿਰਲੇ ਮਾਸ਼ਾਅੱਲਾ ਵੇਖੋ ਜੀ ਜਿਵੇਂ ਪੀੜੀ ਦੇ ਪਾਵੇ ਹੁੰਦੇ ਰਹੇ ਇੱਥੇ ਘੜੀ ਦਾ ਮਾਸ਼ਾਅੱਲਾ ਇਹਨੂੰ ਆਨੇ ਥੱਬਿਆ ਲਵਾਨੇ ਕੋਈ ਉੱਚੀ ਨਹੀਂ ਮੱਝ ਮਾਸ਼ਾਅੱਲਾ ਵੇਖੋ ਜੀ ਬਰੀਕੀਆਂ ਤਿਵਾਨੇ ਮਾਸ਼ਾਅੱਲਾ ਵੇਖੋ ਮਾਸ਼ਾਅੱਲਾ ਮਾਝ ਦੀਆਂ ਢਿੱਲਾਂ ਕਿੰਨੀਆਂ ਪਈਆਂ ਵੇਖਦੇ ਚੱਡਾ ਹੀ ਸਾਰਾ ਭੰਗਾ ਹਾਲੇ ਵਾਕਿਆ ਗੱਲ ਹੈਲੋ